ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਦੀ ਫਤਿਹ ਤੁਸੀਂ ਦੇਖ ਰਹੇ ਹੋ ਤਾਂ ਪੰਜਾਬ ਲੈ ਕਿਸੇ ਨਗਰ ਦੇ ਵਿੱਚ ਇੱਕ ਰਾਜਾ ਰਾਜ ਕਰਿਆ ਕਰਦਾ ਸੀ ਉਹ ਹਰ ਕਿਸੇ ਦਾ ਹਰਮਨ ਪਿਆਰਾ ਸੀ ਕਿਉਂਕਿ ਉਹ ਹਰ ਕਿਸੇ ਦੀ ਮਦਦ ਕਰਿਆ ਕਰਦਾ ਦਾਨਪੁਨ ਕਰਿਆ ਕਰਦਾ ਤੇ ਹਰ ਇੱਕ ਦੀ ਗੱਲ ਬੜੇ ਗੌਰ ਦੇ ਨਾਲ ਸੁਣਿਆ ਕਰਦਾ ਸੀ ਜਿਸ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਉੱਥੇ ਤੱਕ ਪਹੁੰਚਦੀ ਕਰ ਦਿੰਦੇ ਹਰੀਕਤਾ ਦੁੱਖ ਸੁੱਖ ਦਾ ਸਾਥੀ ਸੀ ਪਰ ਉਹਦੀ ਜ਼ਿੰਦਗੀ ਦਾ ਇੱਕ ਨਿਯਮ ਸੀ ਉਹ ਅੰਮ੍ਰਿਤ ਵੇਲੇ 1 ਘੰਟਾ ਦਾਨਪੁਨ ਕਰਦਾ ਤੇ ਸ਼ਾਮ ਨੂੰ 1 ਘੰਟੇ ਦਾਨਪੁਨ ਕਰਦਾ ਜਿਹੜਾ ਵਿਚਲਾ ਸਮਾਂ ਸੀ ਉਹ ਆਪਣੇ ਦੁਨੀਆਵੀ ਕੰਮ ਕਰਦਾ ਇਸ ਤਰ੍ਹਾਂ ਉਹਦੇ ਜੀਵਨ ਦਾ ਨਿਰਵਾਹ ਹੋਣਦਿਆ ਸੀ ਇੱਕ ਦਿਨ ਉਹਨੇ ਅੰਮ੍ਰਿਤ ਵੇਲੇ ਉਠਿਆ ਦਾਨਪੁਨ ਕਰਕੇ ਤੇ ਚਲਾ ਗਿਆ ਉਹਨੂੰ ਵੱਖ-ਵੱਖ ਤਰ੍ਹਾਂ ਦੇ ਗਾਵਾਂ ਮੱਝਾਂ ਰੱਖਣ ਦਾ ਬੜਾ ਸ਼ੌਂਕ ਸੀ ਔਰ ਦੂਰ ਦਰਾਡੇ ਤੋਂ ਵਕ ਵਕ ਤਰ੍ਹਾਂ ਦੀਆਂ گاਵਾ ਮੱਜਾਂ ਲਿਆ ਕੇ ਤੇ ਆਪਣੇ ਬਾੜੇ ਦੇ ਵਿੱਚ ਵੰਦਾ ਹੁੰਦਾ ਸੀ। ਉਹਨੇ ਕਈ ਤਰ੍ਹਾਂ ਦੇ ਉਹਨਾਂ ਲਈ ਨੌਕਰ ਚਾਕਰ ਵੀ ਰਖੇ ਤੇ ਹਰ ਰੋਜ਼ ਉੱਥੇ ਗੇੜਾ ਵੀ ਮਾਰ ਕੇ ਆਇਆ ਕਰਦਾ। ਇੱਕ ਦਿਨ ਅੰਮ੍ਰਿਤ ਵੇਲੇ ਉਹ ਦਾਨ ਪੁੰਨ ਕਰਕੇ ਤੇ ਸਿੱਧਾ ਉਸ ਬਾੜੇ ਨੂੰ ਚਲਾ ਗਿਆ। ਉੱਥੇ ਨਾ ਇੱਕ ਫਕੀਰ ਬਾਬਾ ਆ ਗਿਆ। ਫਕੀਰ ਬਾਬਾ ਕਹਿੰਦਾ ਕਿ ਮੈਨੂੰ ਦਾਨ ਪੁੰਨ ਕਰ ਮੈਨੂੰ ਕੁਝ ਦੇ। ਉਹ ਕਹਿੰਦਾ ਫਕੀਰ ਬਾਬਾ ਵੀ ਮੈਂ ਅੰਮ੍ਰਿਤ ਵੇਲੇ ਤੇ ਸ਼ਾਮ ਨੂੰ ਸਿਰਫ ਦੋ ਸਮੇਂ ਹੀ ਦਾਨ ਪੁੰਨ ਕਰਦਾ ਮੈਂ ਵਿਚ ਵਾਲੇ ਸਮੇਂ ਦਾਨ ਨਹੀਂ ਕਰਦਾ ਜੇ ਤੁਹਾਨੂੰ ਚਾਹੀਦਾ ਤਾਂ ਤੁਸੀਂ ਮਹਿਲ ਚਲੇ ਜਾ ਉੱਥੇ ਤੁਹਾਨੂੰ ਕੋਈ ਨਾ ਕੋਈ ਕੁਝ ਦੇ ਦੇਗਾ ਤੇ ਤੁਸੀਂ ਹੁਣ ਜਾਓ ਉਹ ਬਾਬਾ ਕਹਿੰਦੇ ਨਹੀਂ ਉਹ ਫਕੀਰ ਨੇ ਕਿਹਾ ਨਹੀਂ ਰਾਜਨ ਲੈਣਾ ਹੈ ਤਾਂ ਤੇਰੇ ਤੋਂ ਹੀ ਲੈਣਾ ਰਾਜਨ ਨੇ ਕਿਹਾ ਵੀ ਮੇਰੇ ਕੋਲ ਨਾ ਕੁਝ ਨਹੀਂ ਹੈਗਾ ਇਸ ਸਮੇਂ ਮੈਂ ਖਾਲੀ ਹੱਥ ਆਇਆ ਇੱਥੇ ਤੁਸੀਂ ਉੱਥੇ ਜਾਓ ਉਥੋਂ ਦਾਨ ਪੁੰਨ ਜੋ ਤੁਹਾਨੂੰ ਚਾਹੀਦਾ ਉਹ ਦੇ ਦੇਣਗੇ ਪਰ ਉਹ ਫਕੀਰ ਬਾਬਾ ਖਹਿੜੇ ਪੈ ਗਿਆ। ਉੱਥੇ ਜਿਹੜੇ ਕੰਮ ਕਰਦੇ ਪਏ ਸੀ ਨਾ ਬਾੜੇ 'ਚ ਉਹ ਕਹਿੰਦੇ ਰਾਜਨ ਐਵੇਂ ਨਹੀਂ ਤੜਾ ਖਹਿੜਾ ਨਹੀਂ ਛੱਡਣਾ। ਇਹਨੂੰ ਜੋ ਮੰਗਦਾ ਵੀ ਮੈਨੂੰ ਚਾਹੀਦਾ ਹੀ ਚਾਹੀਦਾ ਤੁਹਾਡੇ ਤੋਂ ਹੀ ਚਾਹੀਦਾ ਹੁਣੇ ਚਾਹੀਦਾ ਕੁਝ ਨਾ ਕੁਝ ਦੋ। ਤੇ ਆਹ ਕਹਿੰਦੇ ਵੀ ਹੁਣੇ ਮੱਝ ਨੇ ਤਾਜ਼ਾ-ਤਾਜ਼ਾ ਇੱਥੇ ਗੋਹਾ ਕੀਤਾ ਤੇ ਆਹ ਫੋਸ ਚੁੱਕ ਕੇ ਦੀ ਝੋਲੀ 'ਚ ਪਾ ਦੋ। ਜਿਹੜਾ ਰਾਜਨ ਸੀ ਉਹਨਾਂ ਦੀ ਗੱਲਾਂ ਵਿੱਚ ਆ ਗਿਆ ਤੇ ਰਾਜਨ ਨੇ ਮੱਝ ਦਾ ਫੋਸ ਚੁੱਕਿਆ ਤੇ ਉਹਨੇ ਜਿਹੜੀ ਫਕੀਰ ਨੇ ਝੋਲੀ ੱਡੀ ਸੀ ਤੇ ਉਹਦੀ ਫਕੀਰ ਦੀ ਝੋਲੀ ਦੇ ਵਿੱਚ ਉਹ ਗੋਹੇ ਦਾ ਜਿਹੜਾ ਫੋਸ ਸੀ ਉਹ ਚੋਕੇ ਵਿੱਚ ਪਾ ਦਿੱਤਾ। ਉਹ ਫਕੀਰ ਵੀ ਸਤਿਵਚਨ ਕਰਕੇ ਤੇ ਲੈ ਕੇ ਚਲਾ ਗਿਆ। ਉਹ ਫਕੀਰ ਉਸੇ ਇਲਾਕੇ ਦੇ ਜੰਗਲ ਦੇ ਵਿੱਚ ਇੱਕ ਕੁਟਿਆ ਬਣਾ ਕੇ ਤੇ ਰਹਿਆ ਕਰਦੇ ਸੀ। ਫਕੀਰ ਆਏ ਕੁਟਿਆ 'ਚ ਆਪਣਾ ਉਹ ਨਾਮੂਹਾ ਤੋਤਾ ਤੇ ਜਿਹੜਾ ਉਹ ਫੋਸ ਸੀ ਉਹ ਇੱਕ ਪਾਸੇ ਰੱਖ ਦਿੱਤਾ। ਕੁਟਿਆ ਦੇ ਨਾਲ ਰੱਖ ਦਿੱਤਾ। ਹੁਣ ਕੀ ਸੀ ਉਹ ਉੱਥੇ ਜਿਹੜਾ ਆਪ ਆਪ ਦੀ ਉਹ ਵਾਹਿਗੁਰੂ ਦੀ ਬੰਦਗੀ 'ਚ ਲੀਨ ਹੋ ਗਏ ਤਾਂ ਜਿਹੜਾ ਉਹਨਾਂ ਪਾਥੀ ਰੱਖੀ ਹੋਈ ਸੀ ਪਾ ਫੋਸ ਸੀ ਉਹ ਇੱਕ ਪਾਸੇ ਰੱਖ ਦਿੱਤਾ। ਸਿਆਣੇ ਤੇ ਸੰਤ ਮਹਾਪੁਰਸ਼ ਇੱਕ ਗੱਲ ਕਿਹਾ ਕਰਦੇ ਸੀ ਕਹਿੰਦੇ ਜੋ ਵੀ ਚੰਗੀ ਨੀਤ ਨਾਲ ਦਾਨਪੁਣ ਕਰਦੇ ਆ ਨਾ ਉਹ 100 ਗੁਣਾ ਰੋਜ ਵੱਧ ਹੈ ਤੇ ਉਹਦੇ ਨੂੰ ਉਸ ਜੋ ਦਾਨ ਆਪਾਂ ਕਰਦੇ ਆ ਨਾ ਉਹਨੂੰ ਅਗਲੇ ਦਿਨ ਤੋਂ ਵਿਆਜ ਵੀ ਲੱਗਣੀ ਸ਼ੁਰੂ ਹੋ ਜਾਂਦੀ ਹੈ ਜੋ ਚੰਗੇ ਮਨ ਨਾਲ ਕਰਦਾ ਹੈ ਭਾਵ ਉਹ ਕਿਸੇ ਨੂੰ ਨਹੀਂ ਦੱਸਦਾ ਐਵੇਂ ਢੰਡੋਰਾ ਨਹੀਂ ਪੇਟਦਾ ਵੀ ਮੈਂ ਦਾਨਪੁਣ ਕੀਤਾ ਮੈਂ ਆ ਕੀਤਾ ਕਿੰਨਾ ਜੋ ਬਿਨਾਂ ਦੱਸੇ ਕਰਦਾ ਨਾ ਉਹਨੂੰ ਵਿਆਜ ਵੀ 100 ਗੁਣਾ ਲੱਗਦੀ 1 ਰੁਪਿਆ ਦਾਨ ਕਰੋਗੇ ਉਹ 100 ਹੋਵੇਗਾ ਜਿਸ ਸੋਏ ਨਾ ਤੇ ਉਹਨੂੰ ਕਹਿੰਦੇ 100 ਗੁਣਾ ਵਿਆਜ ਵੀ ਲੱਗੇਗਾ ਭਾਵ ਇਸ ਤਰ੍ਹਾਂ ਇਸ দান ਦਾ ਫਲ ਮਿਲਦਾ ਹੁਣ ਕੀ ਹੋਇਆ ਇੱਕ ਦਿਨ ਐਵੇਂ ਸਮਾ ਤੇ ਲੰਘਦਾ ਗਿਆ ਹੁਣ ਉਹਨੇ ਜੋ ਗੋਹਾ ਦਿੱਤਾ ਸੀ ਉਹ ਤਾਂ ਵਧਣਾ ਹੀ ਸੀ ਉਹਨੋਂ ਵੱਧ ਆ ਗਿਆ ਅੱਧਾ ਜੰਗਲ ਭਾਵ ਉਹ ਗੋਹੇ ਦੇ ਨਾਲ ਭਰ ਗਿਆ ਇੱਕ ਦਿਨ ਰਾਜਾ ਨਾ ਕਹਿੰਦਾ ਵੀ ਅੱਜ ਨਾ ਮੌਸਮ ਬੜਾ ਵਧੀਆ ਆਪਣੇ ਚਾਰ ਸੈਨਿਕ ਲੈ ਤੇ ਇੱਕ ਵਜ਼ੀਰ ਲਿਆ ਤੇ ਕਹਿੰਦੇ ਮਿਚ ਲੋ ਆਪਾਂ ਸ਼ਿਕਾਰ ਖਿਡਣ ਚੱਲਦੇ ਆਂ ਜੰਗਲ ਦੇ ਨਾਲ ਵਿੱਚੋ ਵਿੱਚ ਜਦੋਂ ਪਹੁੰਚ ਲੱਗਦੇ ਨੇ ਵੇਖਦੇ ਨੇ ਵੀ ਹਰ ਪਾਸੇ ਗੋਇਆ ਹੀ ਗੋਇਆ ਹੋਇਆ ਪਿਆ ਇੰਨਾ ਜ਼ਿਆਦਾ ਗੋਇਆ ਤੇ ਉਹ ਕਹਿੰਦੇ ਵੀ ਆਪਣੇ ਨਗਰ ਵਿੱਚ ਨਹੀਂ ਹੈਗੇ ਇੰਨੇ ਡੰਗਰ ਨੇ ਇੱਥੇ ਕੋਈ ਪਸ਼ੂ ਨਾ ਪਸ਼ੂ ਦੀ ਜਾਤ ਪਰ ਇੰਨਾ ਗੋਇਆ ਉਹਨਾਂ ਅੱਗੇ-ਅੱਗੇ ਗੋਹੇ ਨੂੰ ਵੇਖ ਕੇ ਤੇ ਆਈ ਜਾਂਦੇ ਉਹ ਵੇਖਦੇ ਨੇ ਅੱਗੇ ਇੱਕ ਕੁਟੀਆ ਤੇ ਪੱਥਰ ਦੇ ਉੱਤੇ ਇੱਕ ਸੰਤ ਫਕੀਰ ਬੈਠ ਕੇ ਤੇ ਨਾਮ ਜਪਦੇ ਪਏ ਨੇ ਉਹਨਾਂ ਨੇ ਕੀਤਾ ਆਪਣਾ ਜੋ ਭੇਸ ਸੀ ਉਹ ਬਦਲ ਕੇ ਤੇ ਆ ਕੇ ਉੱਥੇ ਬੈਠ ਕੇ ਹੁਣ ਸੰਤ ਫਕੀਰ ਵਾਹਿਗੁਰੂ ਦੀ ਬੰਦਗੀ ਵਿੱਚ ਲੈਣਸ ਉਹਨਾਂ ਜਗਾਣਾ ਜਾਇਜ਼ ਨਾ ਸਮਝਿਆ ਉਹਨਾਂ ਕੀ ਕੀਤਾ ਵੀ ਥੱਲੇ ਬੈਠ ਕੇ ਤੇ ਸੰਤ ਫਕੀਰ ਦੇ ਪੈਰ ਚਸਣ ਲੱਗ ਗਏ ਆ ਬਾਕੀ ਜਿਹਨੇ ਆਸਾ ਪਾਸਾ ਸਾਫ਼ ਕਰਨ ਲੱਗੇ ਆ ਕੇ ਤੇ ਐਵੇਂ ਬੈਠ ਕੇ ਹੁਣ ਜਿਹੜੇ ਸੰਤ ਫਕੀਰ ਸਨ ਜਦੋਂ ਅੱਖਾਂ ਖੁੱਲੀਆਂ ਦੇਖਿਆ ਉਹਨਾਂ ਪੁੱਛਿਆ ਵੀ ਪਲੇਪੁਰ ਕੋ ਇੱਥੇ ਕਿਵੇਂ ਆਉਣਾ ਹੋਇਆ ਕਹਿੰਦੇ ਜੀ ਅਸੀਂ ਤਾਂ ਇੱਥੇ ਐਵੇਂ ਆਏ ਸੀ ਅਸੀਂ ਦੇਖਿਆ ਵੀ ਇੰਨਾ ਜ਼ਿਆਦਾ ਆਸੇ ਪਾਸੇ ਗੋਇਆ ਹੈ ਤੇ ਗੋਹਾ ਵੀ ਆਇਆ ਕਿਥੋਂ ਅਸੀਂ ਉਹਦਾ ਕਾਰਨ ਪੁੱਛਣ ਆਏ ਅਗੋ ਫਕੀਰ ਬਾਬਾ ਹੱਸ ਕੇ ਕਹਿੰਦੇ ਵੀ ਇਹ ਨਾ ਕਿਸੇ ਰਾਜੇ ਨੇ ਮੈਨੂੰ ਦਾਨ ਕੀਤਾ ਸੀ ਤੇ ਜੋ ਵੀ ਆਪਾਂ ਦਾਨ ਕਰਦੇ ਆ ਉਹ ਉਹਨਾ ਉਹਦਾ 100 ਗੁਣਾ ਵੱਧ ਜਾਂਦਾ ਤੇ ਉਹ ਦਾਨ ਦਾ ਅਗਲੇ ਦਿਨ ਤੋਂ 100 ਗੁਣਾ ਵਿਆਜ ਵੀ ਲੱਗਦਾ ਇਹ ਉਹਦਾ ਹੀ ਫਾਲਤੇ ਹੋ ਹੀ ਜਾਂਦੇ ਕਹਿੰਦੇ ਪਰ ਹੈਰਾਨੀ ਦੀ ਗੱਲ ਇਹ ਆ ਵੀ ਜਿੰਨੀ ਇੱਥੇ ਗੋਆ ਪਿਆਣਾ ਇਹ ਰਾਜੇ ਨੂੰ ਖਾਣਾ ਪਵੇਗਾ ਇਹ ਸੁਣ ਕੇ ਤੇ ਉਹ ਰਾਜਾ ਹੈਰਾਨ ਹੋ ਜਾਂਦਾ ਜਲਦੀ ਜਲਦੀ ਉਸ ਸੰਤ ਜੀ ਦੇ ਪੈਰਾਂ ਵਿੱਚ ਪੈ ਜਾਂਦਾ ਕਿੰਦਾ ਸੰਤ ਜੀ ਮੈਨੂੰ ਮਾਫ਼ ਕਰ ਦੋ ਰਾਜਾ ਮੈਂ ਹੀ ਆ ਮੈਂ ਹੀ ਤੁਹਾਨੂੰ ਗੋਹਾ ਦਿੱਤਾ ਸੀ ਉਹ ਕਹਿੰਦੇ ਬਿਦਾਸ ਬਿਖਾਣਾ ਤੇ ਤੈਨੂੰ ਪੈਣੀ ਹੈ ਕਹਿੰਦੇ ਨਹੀਂ ਫਕੀਰ ਜੀ ਮਾਫ਼ ਕਰ ਦੋ ਪਰ ਦੱਸੋ ਹੁਣ ਇਹਦਾ ਹੱਲ ਕੀ ਹੋਏਗਾ ਫਕੀਰ ਜੀ ਹੱਸ ਕੇ ਕਹਿੰਦੇ ਵੀ ਹਰ ਇੱਕ ਚੀਜ਼ ਦੀ ਜੁਗਤ ਹੁੰਦੀ ਹੈ ਤੇ ਜੁਗਤੀ ਮਸਲੇ ਹੱਲ ਕਰਾਉਂਦੀ ਕਹਿੰਦਾ ਫਿਰ ਦੱਸੋ ਜੀ ਕੀ ਜੁਗਤ ਹੈ ਕਹਿੰਦੇ ਐਵੇਂ ਕਰ ਤੇਰੇ ਜਿਹੜਾ ਨਗਰ ਹੈ ਨਾ ਉਹ ਨਗਰ ਦੀ ਜੋ ਵੀ ਬਦਕਾਰ ਨਾਰ ਆਪਣਾ ਇੱਕ ਘੋੜਾ ਸ਼ਿੰਗਾਰ ਆਪ ਸੋਹਣੇ ਸਾਫ ਸੁਥਰੇ ਕਪੜੇ ਪਾ ਤੂੰ ਜਿਵੇਂ ਤਖਤ ਪੋਸ਼ੀ ਤੇ ਤੂੰ ਕਪੜੇ ਪਾਈ ਸੀ ਉਹ ਪਾ ਉਹ ਬਦਕਾਰਨਾਰ ਨੂੰ ਪਿੱਛੇ ਬਿਠਾ ਲੈ ਜੋ ਵੀ ਤੇਰਾ ਐਸਾ ਪਦਾਰਥ ਨੇ ਮਾੜੇ ਪਦਾਰਥ ਨੇ ਉਹ ਹੱਥ ਚ ਇੱਕ ਗਲਾਸ ਭਰ ਲੈ ਤੇਰੇ ਨਗਰ ਦਾ ਜਿੱਥੋਂ ਦਰਵਾਜ਼ਾ ਸ਼ੁਰੂ ਹੁੰਦਾ ਹੈ ਤੇ ਜਿੱਥੋਂ ਅੰਤ ਹੁੰਦਾ ਉਹਨਾਂ ਤੋਂ ਪੂਰੇ ਆਪਣੇ ਨਗਰ ਦੇ ਵਿੱਚ ਇੱਕ ਗੇੜਾ ਦੇਣਾ ਵੀ ਕੋਈ ਘਰ ਛੁੱਟ ਨਾ ਜਾਵੇ ਕਿੰਨੇ ਠੀਕ ਹੈ ਸਵੇਰ ਹੋਈ ਉਹਨੇ ਆਪਣੇ ਜੋ ਵੀ ਨਗਰ ਦੀ ਬਦਕਾਰਨਾਰ ਸੀ ਉਹਨੂੰ ਪਿੱਛੇ ਬਿਠਾਇਆ ਆਪ ਵੀ ਪੂਰਾ ਸਜ ਕੇ ਉਸ ਕੋੜੇ ਦੇ ਉੱਤੇ ਬੈਠ ਕੇ ਹੱਥ 'ਚ ਗਲਾਸ ਫੜ ਲਿਆ ਹੁਣ ਸਾਰੇ ਨਗਰ ਦੇ ਲੋਕ ਗੱਲਾਂ ਕਰਨ ਲੱਗੇ ਵੀ ਰਾਜੇ ਦੇ ਪਿੱਛੇ ਉਹ ਜਿਹੜੀ ਨਾਰ ਹੈ ਉਹਨੇ ਉਹ ਬਿਠਾਈਏ ਹੱਥ ਦੇ ਵਿੱਚ ਇੱਕ ਪਦਾਰਥ ਫੜਿਆ ਹੋਇਆ ਇੱਕ ਗਲਾਸ ਫੜਿਆ ਹੋਇਆ ਆਪ ਸੱਜਿਆ ਪਿਆ ਹੁਣ ਸਾਰੇ ਨਗਰ ਦੇ ਵਿੱਚ ਗੇੜੇ ਦਿੰਦਾ ਪਿਆ ਹੁਣ ਸਾਰਾ ਨਗਰ ਜਿੱਥੇ ਉਹਦੀ ਵਾਹ ਵਾਹ ਕਰਦਾ ਸੀ ਉੱਥੇ ਹੁਣ ਉਹਦੇ ਚੁਗਲੀਆਂ ਕਰਨ ਲੱਗ ਗਿਆ ਵੀ ਰਾਜਾ ਜਿਹੜਾ ਆਪਣੇ ਧਰਮ ਤੋਂ ਭਟਕ ਗਿਆ ਰਾਜਾ ਚੰਗਾ ਨਹੀਂ ਹੈਗਾ ਹੁਣ ਕੀ ਹੋਇਆ ਪਰ ਉੱਥੇ ਨਾ ਉਸੇ ਇਲਾਕੇ ਦੇ ਵਿੱਚ ਇੱਕ ਲੱਕੜਾਂ ਦਾ ਕੰਮ ਕਰਦਾ ਸੀ ਭਾਵ ਤਰਖਾਨ ਸੀ ਉਹ ਲੱਕੜਾਂ ਦਾ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਬਣਾ ਕੇ ਦਿਆ ਕਰਦਾ ਸੀ ਜਦੋਂ ਰਾਜਾ ਉੱਥੋਂ ਲੰਘਿਆ ਨਾ ਤੇ ਉਹਨੇ ਸਿਰ ਚੁੱਕ ਕੇ ਵੇਖਿਆ ਵੀ ਨਾ ਵੀ ਕੌਣ ਲੰਘਿਆ ਤੇ ਕਿਵੇਂ ਲੰਘਿਆ ਹੁਣ ਰਾਜੇ ਨੇ ਕੀ ਕੀਤਾ ਜਦੋਂ ਅੰਤ ਆ ਗਿਆ ਨਾ ਤੇ ਨਗਰ ਦਾ ਸੀਮਾ ਆ ਗਈ ਉਸ ਜਿਹੜੀ ਨਾਰ ਨੂੰ ਉਸ ਬੀਬੀ ਨੂੰ ਉਤਾਰ ਕੇ ਤੇ ਆਪ ਉੱਥੇ ਸੰਤ ਦੇ ਕੋਲ ਚਲਾ ਗਿਆ ਜਦ ਸੰਤ ਜੀ ਦੇ ਕੋਲ ਗਿਆਨਾ ਤੇ ਦੇਖਿਆ ਵੀ ਜਿੰਨੀ ਜੰਗਲ ਦੇ ਵਿੱਚ ਰੂੜੀ ਲੱਗੀ ਸੀ ਨਾ ਉਹ ਸਾਰੀ ਰੂੜੀ ਜਿਹੜੀ ਸੀ ਨਾ ਉਹ ਖਤਮ ਹੋ ਗਈ ਪਰ ਇੱਕ ਗੋਹੇ ਦਾ ਵੱਡਾ ਸਾਰਾ ਉੱਥੇ ਜਿਹੜਾ ਕਹਿ ਲਓ ਵਿਪਾਤੀ ਉਹ ਹਜੇ ਵੀ ਉੱਥੇ ਪਈ ਸੀ ਕੋਲ ਆਇਆ ਕਿੰਦਾ ਸੰਤ ਜੀ ਇੱਕ ਹੀ ਹੋਇਆ ਸਾਰੀ ਤੇ ਸਾਫ਼ ਹੋ ਗਈ ਪਰ ਇੱਕ ਪਿਆ ਸੰਤ ਜੀ ਕਹਿੰਦੇ ਵੀ ਇਹ ਤੇ ਖਾਣੀ ਪੈਣੀ ਤਾਂ ਹੀ ਤੇਰਾ ਜਿਹੜਾ ਇਹ ਪਾਪ ਜਿਹੜੇ ਤੂੰ ਕੀਤੇ ਨੇ ਵੀ ਤੂੰ ਜਿਹੜਾ ਗੁਨਾਹ ਕੀਤਾ ਉਹ ਮਾਫ਼ ਹੋਵੇਗਾ ਨਹੀਂ ਤੇ ਵੇਖ ਲੈ ਵੀ ਕੱਲ ਨੂੰ ਇਹ ਦੁਗਣੀ ਹੋ ਜਾਏਗੀ ਫਿਰ ਚੌਗਣੀ ਹੋ ਜਾਏਗੀ ਫਿਰ ਉਹ ਸਾਬਨਲ ਹੋ ਜਾਏਗੀ ਬੀਤੂ ਉਹ ਨਹੀਂ ਖਾਣੀ ਪੇਗੀ ਹੁਣ ਤੇ ਇੰਨੇ ਨਾਲ ਹੋ ਜਾਏਗਾ। ਕਹਿੰਦਾ ਜੀ ਇਹ ਤੇ ਨਹੀਂ ਹੁਣ। ਸੰਤ ਜੀ ਕਹਿੰਦੇ ਵੀ ਤੂੰ ਦੱਸ ਵੀ ਤੂੰ ਸਾਰੇ ਨਗਰ ਚ ਗੇੜਾ ਮਾਰ ਕੇ ਆ ਸੈਂ ਕਿੰਦਾ ਹਾਂ। ਕਹਿੰਦੇ ਵੀ ਤੇਰੇ ਫਿਰ ਸੰਤ ਜੀ ਨੇ ਅੱਖਾਂ ਬੰਦ ਕੀਤੀ। ਕਹਿੰਦੇ ਤੇਰੇ ਨਗਰ ਚ ਨਾ ਇੱਕ ਲੱਕੜ ਆ ਰਿਹਾ। ਭਾਵ ਲੱਕੜਾਂ ਦਾ ਕੰਮ ਕਰਨ ਵਾਲਾ ਤਰਖਾਨ ਕਹਿ ਲੈ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਬਣਾਉਂਦਾ। ਉਹਨੇ ਤੇਰੇ ਬਾਰੇ ਕੋਈ ਮੰਦਾ ਸ਼ਬਦ ਨਹੀਂ ਬੋਲਿਆ ਤੇ ਤੂੰ ਉਹਦੇ ਕੋਲ ਜਾ। ਉਨਾ ਬੜਾ ਸੋਹਣਾ ਇੱਕ ਲੱਕੜ ਦਾ ਸ਼ਤਿਰ ਕਹਿ ਲੋ ਲੈ ਕੇ ਗਿਆ ਤੇ ਕਹਿੰਦਾ ਵੀ ਇਹਨੂੰ ਚੀਰ ਕੇ ਤੇ ਇੱਕ ਚੀਜ਼ ਬਣਾ ਦੇ ਜਦੋਂ ਉਹਦੇ ਕੋਲ ਲੈ ਕੇ ਗਿਆ ਨਾ ਤੇ ਉਹਨੂੰ ਕਹਿੰਦਾ ਵੀ ਦੇਖ ਆਪਣੇ ਨਗਰ ਦਾ ਜਿਹੜਾ ਰਾਜਾ ਹੈ ਨਾ ਉਹ ਕਿੰਨਾ ਮਾੜਾ ਏ ਪਿੱਛੇ ਇੱਕ ਬਦਕਾਰ ਨਾਲ ਨੂੰ ਬਿਠਾਇਆ ਸੀ ਹੱਥ 'ਚ ਇੱਕ ਗਲਾਸ ਫੜਿਆ ਸੀ ਐਡਾ ਧਰਮੀ ਰਾਜਾ ਵੀ ਆਪਣੇ ਰਾਹ ਤੋਂ ਪਟਕ ਗਿਆ ਹੁਣ ਇਹਨੇ ਇਹ ਆਪਣੀ ਕਦੋਂ ਸੁਣਨੀ ਹੈ ਹੁਣ ਤੇ ਆਪਣਾ ਧਰਮ ਹੀ ਪਟਕ ਗਿਆ ਏ ਉਹਨੇ ਜਿੰਨੀ ਹੋ ਸਕੀ ਨਾ ਉਹਨੇ ਰਾਜੇ ਦੀ ਬਨਾਮੀ ਕੀਤੀ ਪਰ ਉਹਨੇ ਹਜੇ ਵੀ ਅੱਖ ਚੁੱਕ ਕੇ ਨਾ ਵੇਖਿਆ ਜਦੋਂ ਅੱਧਾ ਘੰਟਾ ਉਹ ਰਾਜੇ ਬਾਰੇ ਮਾੜੇ ਸ਼ਬਦ ਬੋਲਦਾ ਰਿਹਾ ਹੁਣ ਉਹਦੀ ਜਿਹੜਾ ਤਰਖਾਨ ਸੀ ਉਹਦੀ ਲਿਵ ਤਾਂ ਵਾਇਗਰੂ ਨਾ ਲੱਗੀ ਹੋਈ ਸੀ ਉਹ ਸਿਰ ਉੱਤੇ ਚੁੱਕ ਕੇ ਤੇ ਕਹਿੰਦਾ ਰਾਜਨ ਉਹ ਗੋਹਾ ਤੇ ਤੈਨੂੰ ਹੀ ਖਾਣਾ ਪੈਣਾ ਮੈਂ ਨਹੀਂ ਖਾਣਾ ਜਦੋਂ ਇਹ ਗੱਲ ਸੁਣੀ ਤੇ ਰਾਜਨ ਤੇ ਹੈਰਾਨ ਹੋ ਗਿਆ ਪੁੱਠੀ ਪੈਰੀ ਉਸੇ ਦੇ ਉਸੇ ਪਲ ਉਹ ਫਕੀਰ ਕੋਲ ਵਾਪਸ ਆ ਗਿਆ ਆ ਕੇ ਸਾਰੀ ਗੱਲ ਦੱਸੀ ਕਿੰਦੇ ਪੀ ਸੰਤ ਜੀ ਉਹ ਫਕੀਰਤਾ ਜੋ ਉਹ ਮਨੁੱਖ ਸੀ ਨਾ ਵੀ ਜਿਹਨੂੰ ਤੁਸੀਂ ਤਰਖਾਨ ਕੋਲ ਭੇਜਿਆ ਸੀ ਉਹਨੇ ਤੇ ਮੈਨੂੰ ਕਹਿਤਾ ਵੀ ਰਾਜਨ ਖਾਣਾ ਗੋਇਆ ਤੈਨੂੰ ਹੀ ਪੈਣਾ ਮੈਂ ਨਹੀਂ ਖਾਣਾ ਤੇ ਮੈਂ ਉਸੇ ਪੁੱਠੀ ਪੈਰੀ ਤੁਹਾਡੇ ਕੋਲ ਵਾਪਸ ਆ ਗਿਆ ਕਿੰਦੇ ਫਕੀਰ ਜੀ ਮੇਰੇ ਤੋਂ ਇਹ ਖਾਦਾ ਨਹੀਂ ਜਾਣਾ ਮੈਨੂੰ ਕੋਈ ਜੁਗਤ ਦੱਸੋ ਫਕੀਰ ਜੀ ਹੱਸ ਕੇ ਕਿੰਦੇ ਵੀ ਖਾਣਾ ਤੇ ਤੈਨੂੰ ਪੈਣਾ ਵੇਖ ਲੈ ਨਹੀਂ ਤੇ ਕੱਲ ਨੂੰ ਹੋਰ ਜ਼ਿਆਦਾ ਵੱਧ ਜਾਏਗਾ ਰਾਜਨ ਨੇ ਕਿਹਾ ਨਹੀਂ ਸੰਤ ਜੀ ਇਹ ਨਹੀਂ ਖਾਣਾ ਕੋਈ ਹੋਰ ਗੱਲ ਦੱਸ ਤੋ ਕੋਈ ਜੁਗਤ ਦੱਸੋ ਸੰਤ ਜੀ ਹੱਸ ਕੇ ਕਹਿੰਦੇ ਉਹ ਸਾਹਮਣੇ ਪੱਤਿਆਂ ਦਾ ਢੇਰ ਇਕੱਠਾ ਕਰ ਉਹਦੇ ਵਿੱਚ ਜਾ ਕੇ ਇਹ ਜਿਹੜਾ ਗੋਹਾਈ ਨੂੰ ਰੱਖ ਦੇ ਤੇ ਉਹਨੂੰ ਜਾ ਕੇ ਦੁੱਤੀ ਲੀਲਾ ਤੇ ਉਹਨਾਂ ਹੁਣ ਸਵਾਹ ਬਣ ਗਈ ਕਹਿੰਦੇ ਇੱਕ ਗਲਾਸ ਪਾਣੀ ਲਿਆ ਉਹਦੇ ਵਿੱਚ ਘੋਲ ਤੇ ਉਹਨੂੰ ਪੀ ਜਾ ਉਹ ਪੀ ਗਿਆ ਤੇ ਸੰਤ ਜੀ ਕਹਿੰਦੇ ਅੱਜ ਤੋਂ ਤੇਰੇ ਲਈ ਸਬਕ ਹੈ ਜੇ ਕੋਈ ਦਾਨਪੁਣ ਤੇਰੇ ਕੋਲ ਆਵੇ ਤੇ ਆਪਣੀ ਸ਼ਰਤ ਅਨੁਸਾਰ ਕਰ ਦੇ ਪਰ ਐਵੇਂ ਦਾ ਮਾੜਾ ਪਦਾਰਥ ਨਾ ਦੀ ਜੋ ਪਹੁੰਚੋਂ ਕੇ ਤੇਰੇ ਕੋਲ ਆ ਜੇ ਤੇ ਆਪਾਂ ਵੀ ਐਵੇਂ ਹੀ ਕਰਦੇ ਦਾਨਪੁਣ ਹਮੇਸ਼ਾ ਦੇਖ ਕੇ ਕਰੋ ਰੁਪਿਆ ਪੈਸਾ দান ਕਰਦੇ ਆ ਤਾਂ ਉਹ ਖਾਦਾ ਤੇ ਜਾਣਾ ਨਹੀਂ ਪ੍ਰਸ਼ਾਦਾ দান ਕਰਦੇ ਆ ਉਹ ਘਰ ਅੰਨ ਤੇ ਤੰਦ ਕਦੀ ਖਤਮ ਨਹੀਂ ਹੋਣ ਦਿੰਦਾ ਇਸ ਲਈ দান ਕਰੋ ਪਰ ਨਾਲ ਚੁਗਲੀ ਚੱਪਾ ਕਦੇ ਨਾ ਕਰੋ ਚੁਗਲੀ ਕਰਨ ਵਾਲੇ ਸਾਰੇ ਆਪਣੇ ਪਾਪ ਹੋਰ ਚੜਾ ਲੈਂਦੇ ਨੇ ਜੋ ਦਾਨਪੁਣ ਚੁੱਪਚਾਪ ਹੀ ਦੇ ਕਰਦਾ ਉਹ ਦਾਨ 100 ਗੁਣਾ ਵੱਧ ਕੇ ਘਰ ਰੰਗ ਭਾਗ ਲੱਗਦੇ ਨੇ ਜੇ ਚਾਹੁੰਦੇ ਹੋ ਹਰ ਚੀਜ਼ ਵੱਧ ਕੇ 100 ਗੁਣਾ ਹੋਵੇ ਘਰ ਰੰਗ ਭਾਗ ਲੱਗਣ ਤਾਂ ਦਾਨਪੁਣ ਇਸ ਹਿਸਾਬ ਨਾਲ ਕਰੋ ਕਿ ਕਦੇ ਵੀ ಕೇನು ಮಾಡಾ ಶಬ್ದ ನಾ ಬೋ